ਬੀਜੇਪੀ ਸਰਕਾਰ ਮੁਰਦਾਬਾਦ। ਸ਼ਹੀਦ ਸਾਥੀ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ। ਇਹ ਰੋਸ ਪ੍ਰਦਰਸ਼ਨ ਕੋਈ ਆਮ ਮੰਗਾਂ ਨੂੰ ਜਾਂ ਹੋਰ ਮਸਲਿਆਂ ਨੂੰ ਲੈ ਕੇ ਨਹੀਂ, ਇਹ ਇੱਥੋਂ ਦੀਆਂ ਜੋ ਹਕੂਮਤਾਂ ਕਰਦੀਆਂ, ਭਾਵੇਂ ਉਹ ਕਿਸੇ ਸਟੇਟ ਦੀ ਸਰਕਾਰ ਹੋਵੇ, ਭਾਵੇਂ ਕੇਂਦਰ ਵਿੱਚ ਕੋਈ ਸੱਤਾ ਹੋਵੇ, ਸੱਤਾ 'ਤੇ ਬੈਠੀ ਹੋਵੇ, ਉਹ ਕਿਸ ਤਰ੍ਹਾਂ ਲੋਕਾਂ ਉੱਪਰ ਤਸ਼ੱਦਦ ਕਰਾਉਂਦੀ ਹੈ। ਮੁੱਖਮੰਤਰੀ ਦੇ ਕਤਲ ਦਾ ਪਰਚਾ ਦਰਜ ਕਰੋ, ਮੁੱਖਮੰਤਰੀ ਦੇ ਕਤਲ ਦਾ ਪਰਚਾ ਦਰਜ ਕਰੋ। ਅੱਜ ਕਿਰਤੀ ਕਿਸਾਨ ਯੂਨੀਅਨ ਨੇ ਸ਼ੁਭਕਰਨ ਦੀ ਸ਼ਹੀਦੀ ਨੂੰ ਤੇ ਦਿੱਲੀ ਬਾਰਡਰਾਂ ਦੇ ਜੋ ਰੋਕਾਂ ਲਾਈਆਂ ਹੋਈਆਂ ਮੋਦੀ ਸਰਕਾਰ ਵੱਲੋਂ, ਇਹਨਾਂ ਮਸਲਿਆਂ ਨੂੰ ਬਹੁਤ ਗੰਭੀਰ ਸਮਝਦੇ ਹੋਏ ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ। ਨੌਜਵਾਨ ਭਾਰਤ ਸਭਾ ਵੀ ਇਹ 'ਚ ਸ਼ਾਮਲ ਆ। ਇਹ ਬਹੁਤ ਸਮੇਂ ਤੇ ਢੁਕਮਾ ਜਿਹੜਾ ਲਿਆ ਹੋਇਆ ਫੈਸਲਾ, ਪੰਜਾਬ ਦੇ ਲੋਕਾਂ ਨੂੰ ਇਹਦੀ ਲੋੜ ਸੀਗੀ ਤੇ ਇਹ ਅੱਜ ਦੇ ਜਿਹੜੇ ਐਕਸ਼ਨ ਸਾਰੇ ਜ਼ਿਲ੍ਹਿਆਂ 'ਚ ਹੋ ਰਹੇ ਆ, ਇਹਨਾਂ ਐਕਸ਼ਨਾਂ ਨੇ ਲਾਜ਼ਮੀ ਤੌਰ 'ਤੇ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਬਣਾਉਣਾ। ਅੱਜ ਦੇ ਇਹਨਾਂ ਰੋਸ ਪ੍ਰਦਰਸ਼ਨਾਂ ਦੇ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਉਹ ਹਰ ਗਲੀ ਮੁਹੱਲੇ ਨੁੱਕਰ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ। ਪਹਿਲੀ ਗੱਲ ਕਿ ਸ਼ੁਭਕਰਨ ਦੀ ਜਿਹੜੀ ਸ਼ਹੀਦੀ ਹੋਈ ਹੈ ਜਾਂ ਜਿੰਨੇ ਕਿਸਾਨ ਨੌਜਵਾਨ ਉੱਥੇ ਫੱਟੜ ਹੋਏ ਆ, ਇਹ ਮਹਿਜ ਆਮ ਸ਼ਹੀਦੀ ਜਾਂ ਆਮ ਨੁਕਸਾਨ ਨਹੀਂ ਹੈਗਾ। ਇਹਦੇ ਨਾਲ ਪਹਿਲੀ ਗੱਲ ਇਹ ਸ਼ਹੀਦੀ ਜਿਹੜੀ ਆ ਉਹ ਸਾਬਤ ਕਰਕੇ ਗਈ ਆ ਕਿ ਨੌਜਵਾਨ 21 ਸਾਲ ਦਾ ਸ਼ੁਭਕਰਨ, ਉਹਨੇ ਦਿਖਾ ਤਾ ਕਿ ਹੁਣ ਵੀ ਜਦੋਂ ਰੋਕਾਂ ਤੋੜਨ ਦੀ ਗੱਲ ਸੀਗੀ ਤਾਂ ਜਿਹੜੇ ਨੌਜਵਾਨ ਆ ਜਵਾਨੀਆਂ ਉਹ ਅੱਗੇ ਸੀ। ਬੋਲੀ ਉਸੇ ਦੀ ਲੱਗਦੀ ਹੈ, ਜਿਹੜਾ ਬੰਦਾ ਅੱਗੇ ਹੁੰਦਾ ਫੱਟੜ ਵੀ ਉਹੀ ਹੁੰਦਾ, ਝੱਲਣਾ ਵੀ ਉਸੇ ਨੂੰ ਹੀ ਪੈਂਦਾ। ਪੰਜਾਬ ਦੀ ਜੋ ਵਿਰਾਸਤ ਰਹੀ ਆ, ਇੱਥੇ ਭਗਤ ਸਿੰਘ ਹੋਰਾਂ ਦੇ ਟਾਈਮ 'ਤੇ ਜਦੋਂ ਬ੍ਰਿਟਿਸ਼ ਹਕੂਮਤ ਨੇ, ਪ੍ਰਧਾਨ ਜੀ ਕੀ ਨਾਂ ਤੁਹਾਡਾ ਤੇ ਕੀ ਅਹੁਦਾ ਜੀ, ਕਿਹੜੀ ਜਥੇਬੰਦੀ ਆਪਣੀ? ਮੈਂ ਪ੍ਰਗਟ ਸਿੰਘ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪਿੰਡ ਸਾਫੂ ਵਾਲਾ। ਤੇ ਅੱਜ ਤੁਸੀਂ ਰੋਸ ਮੁਜ਼ਾਹਰਾ ਕਰ ਰਹੇ ਹੋ, ਕੀ ਹੈ ਸਾਰਾ ਮਾਮਲਾ, ਜਾਣਕਾਰੀ ਦਿਓ ਜੀ। ਅੱਜ ਸਾਡਾ ਜਿਹੜਾ ਰੋਸ ਮੁਜ਼ਾਹਰਾ, ਜਿਹੜੇ ਖਨੌਰੀ ਅਤੇ ਸ਼ਿੰਭੂ 'ਤੇ ਸਰਕਾਰ ਨੇ ਕਿਸਾਨਾਂ 'ਤੇ ਸ਼ਰਾਦਤ ਕੀਤਾ, ਇੱਕ ਸ਼ੁਭਕਰਨ ਨਾਂ ਦਾ ਜਿਹੜਾ ਨੌਜਵਾਨ ਹੈ ਉਹਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ, ਉਹਦੇ ਖਿਲਾਫ਼ ਅਸੀਂ ਸਰਕਾਰ ਦੇ ਅਤੇ ਮਾਨ ਸਰਕਾਰ ਦੇ ਖਿਲਾਫ਼, ਕੇਂਦਰ ਸਰਕਾਰ ਦੇ ਅਤੇ ਖੱਟਰ ਸਰਕਾਰ ਦੇ ਖਿਲਾਫ਼, ਕਿਉਂਕਿ ਜਿਹੜਾ ਕੁਛ ਉਹਨਾਂ ਨੇ ਕੀਤਾ ਪੰਜਾਬ ਦੀ ਹੱਦ ਤੋਂ ਅੰਦਰ ਆ ਕੇ ਗੋਲੀ ਮਾਰੀ ਆ ਨੌਜਵਾਨ ਦੇ, ਉਹਨੂੰ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇਹ ਸ਼ਹਿਰ ਦੇ ਵਿੱਚ ਸਾਰੇ ਆਪਣਾ ਪੰਜਾਬ ਦੇ ਵਿੱਚ ਮੁਜ਼ਾਹਰੇ ਕਰ ਰਹੇ ਹਾਂ। ਪੰਜਾਬ ਸਰਕਾਰ ਵੱਲੋਂ FIR ਵੀ ਦਰਜ ਕਰ ਲਈ ਗਈ ਹੈ,
ਤੇ ਅੱਜ ਸੰਸਕਾਰ ਵੀ ਕੀਤਾ ਜਾ ਰਿਹਾ ਜੀ, ਤੇ ਫਿਰ ਵੀ ਰੋਸ ਮਰਜਾਇਰਾ ਕੀ? ਇਹ ਜੋ ਭਾਵੇਂ ਉਹਨਾਂ ਨੇ ਐਫ ਆਰ ਆਈ ਦਰਜ ਕੀਤੀ ਹੈ ਪਰ ਬਹੁਤ ਦੇਰ ਤੱਕ ਕੀਤੀ ਹੈ, ਇਹ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀ ਉਹਨਾਂ ਨੂੰ। ਜਿਹੜਾ ਹੁਣ ਉੱਥੇ ਟਰੈਕਟਰ ਭੰਨੇ ਆ, ਮਸ਼ੀਨਰੀ ਭੰਨੀ ਆ, ਹੋਰ ਲੋਕਾਂ ਦੇ ਸੱਟਾਂ ਲੱਗੀਆਂ, ਗੋਲੀਆਂ ਚਲਾਈਆਂ, ਅੱਥਰੂ ਗੈਸ ਛੱਡੇ ਆ, ਉਹਦੇ ਉਹ ਵੀ ਉਹਨਾਂ ਨੇ ਪੰਜਾਬ ਦੀ ਹੱਦ ਦੇ ਅੰਦਰ ਕੀਤੇ ਆ। ਅਸੀਂ ਇਹ ਵੀ ਨਾਲ ਮੰਗ ਕਰਦੇ ਹਾਂ ਵੀ ਜਿਹੜੀ ਮੰਗ ਨੂੰ ਉਹ ਗਏ ਸੀ ਉਹਨਾਂ ਨੂੰ ਸਾਡਾ ਜਮਹੂਰੀ ਅਧਿਕਾਰ ਹੈ ਦਿੱਲੀ ਜਾਣ ਦਾ, ਜਾਣ ਦੇਣਾ ਚਾਹੀਦਾ ਸੀ। ਇਸ ਕਰਕੇ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਆ ਉਹਦੇ ਖਿਲਾਫ਼ ਅਸੀਂ ਇਹ ਜੱਜ ਮੁਜ਼ਾਹਰੇ ਕਰ ਰਹੇ ਹਾਂ। ਅਗਲੀ ਰਣਨੀਤੀ ਜਿਹੜੀ ਹੈਗੀ ਆ ਸੰਯੁਕਤ ਕਾਂਗਰਸ ਮੋਰਚੇ ਦੀ ਜਿਹੜੀ ਨੀਤੀ ਹੈ ਉਹ ਅਸੀਂ 14 ਨੂੰ ਮਹਾਂਪੰਚਾਇਤ ਦਿੱਲੀ ਦੇ ਵਿੱਚ ਕਰ ਰਹੇ ਹਾਂ 14 ਮਾਰਚ ਨੂੰ। ਇਹ ਰਣਨੀਤੀ ਹੈ ਅਗਲੇ ਸੰਯੁਕਤ ਮੋਰਚੇ ਦੀ। ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਪੱਧਰ 'ਤੇ ਜ਼ਿਲ੍ਹਾ ਕੇਂਦਰਾਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ। ਇੱਕ ਤਾਂ ਜਿਹੜਾ ਸ਼ੁਭਕਰਨ ਦੀ ਸ਼ਹੀਦੀ ਹੋਈ ਆ ਬਾਰਡਰ ਦੇ ਉੱਪਰ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ, ਅਤੇ ਉਹਦੀ ਜਿਹੜੀ ਕਾਤਲ ਹੈਗੀ ਆ ਖੱਟੜ ਸਰਕਾਰ ਉਹਦਾ ਮੁੱਖ ਮੰਤਰੀ ਹੁਣ ਉਹ ਅਸਤੀਫਾ ਲੈ ਕੇ ਕਤਲ ਦਾ ਪਰਚਾ ਦਰਜ ਹੋਵੇ, ਇਸ ਮੁਲਕ ਦਾ ਜਿਹੜਾ ਗ੍ਰਹਿ ਮੰਤਰੀ ਗੁੰਡਾ ਅਮਿਤ ਸ਼ਾਹ ਉਹਦੇ ਉੱਪਰ ਪਰਚਾ ਦਰਜ ਹੋਵੇ, ਅਤੇ ਹਰਿਆਣੇ ਦਾ ਗ੍ਰਹਿ ਮੰਤਰੀ ਹੈਗਾ ਉਹਦੇ ਉੱਪਰ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਜਿੰਨੀ ਭੰਨ ਤੋੜ ਬਾਰਡਰਾਂ ਉੱਪਰ ਹੋਈ ਉਹਦੀ ਸਾਰੀ ਭਰਪਾਈ ਸਰਕਾਰ ਕਰੇ, ਅਤੇ ਨਾਲ ਹੀ ਜਿਹੜਾ BSF ਦਾ ਘੇਰਾ 50 ਕਿਲੋਮੀਟਰ ਤੱਕ ਕੇਂਦਰ ਸਰਕਾਰ ਨੇ ਕੀਤਾ ਹੈਗਾ ਉਹ ਘਟਾ ਕੇ 15 ਕਿਲੋਮੀਟਰ ਨੂੰ ਵਾਪਸ ਭੇਜਣਾ ਜਾਣਾ ਚਾਹੀਦਾ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਨੌਜਵਾਨ ਭਾਰਤ ਸਭਾ ਵੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਨੌਕਰੀ ਦਾ ਐਲਾਨ ਵੀ ਕੀਤਾ ਗਿਆ, ਕਰੋੜ ਰੁਪਈਆ ਵੀ ਦਿੱਤਾ ਗਿਆ ਹੈਗਾ, ਔਰ ਕੇਂਦਰ ਸਰਕਾਰ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ, ਫਿਰ ਵੀ ਆਪਾਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਪਰਚਾ ਦਰਜ ਕਰਨ ਦੀ ਹਜੇ ਕੋਈ ਕਲੈਰਿਟੀ ਨਹੀਂ ਹੈਗੀ ਕੀ 'ਤੇ ਪਰਚਾ ਦਰਜ ਹੋਇਆ ਹੈਗਾ, ਸਾਡੀ ਮੰਗ ਆ ਕਿ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਤੋਂ ਅਸਤੀਫਾ ਲੈ ਕੇ ਉਹਦੇ ਉੱਪਰ ਪਰਚਾ ਦਰਜ ਹੋਵੇ, ਗ੍ਰਹਿ ਮੰਤਰੀ ਅਨਿਲ ਵਿੱਜ ਉਹਦੇ ਉੱਪਰ, ਅਤੇ ਇਸ ਮੁਲਕ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਗਾ ਉਹਦੇ ਉੱਪਰ ਕਤਲ ਦਾ ਪਰਚਾ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ। ਜਿੰਨਾ ਸਮਾਂ ਪਰਚੇ ਦਰਜ ਨਹੀਂ ਹੋਣਗੇ ਇਹਨਾਂ ਬੰਦਿਆਂ ਦੇ ਉਹਨਾਂ ਸਮਾਂ ਸਾਡੀ ਸੰਤੁਸ਼ਟੀ ਜਿਹੜੀ ਆ ਉਹ ਨਹੀਂ ਹੋਊਗੀ। ਬਾਕੀ ਦਿੱਲੀ ਬਾਰਡਰਾਂ 'ਤੇ ਜਿੰਨੀਆਂ ਰੋਕਾਂ ਲਾਈਆਂ ਉਹ ਅੱਜ ਵੀ ਲੱਗੀਆਂ ਹੋਈਆਂ, ਉਹ ਸਾਰੀਆਂ ਰੋਕਾਂ ਹਟਾਈਆਂ ਜਾਣੀਆਂ ਚਾਹੀਦੀਆਂ। ਅੱਜ ਅਸੀਂ ਨਹਿਰੂ ਪਾਰਕ ਦੇ ਵਿੱਚੋਂ ਬੁਲਾਰਿਆਂ ਨੇ ਸੰਬੋਧਨ ਕੀਤਾ, ਇਸ ਤੋਂ ਬਾਅਦ ਅਸੀਂ ਚੌਂਕ 'ਚ ਜਾ ਕੇ ਅੱਜ ਦੇ ਰੋਸ ਮੁਜ਼ਾਹਰੇ ਦੀ ਸਮਾਪਤੀ ਕਰਾਂਗੇ। ਆਉਣ ਵਾਲੇ ਸਮੇਂ ਸੰਘਰਸ਼ ਕਿਵੇਂ ਰਹੂਗਾ ਜੀ? ਆਉਣ ਵਾਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰਤਾ 14 ਤਰੀਕ ਨੂੰ ਜਿਹੜੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਂਪੰਚਾਇਤ ਹੋਣ ਜਾ ਰਹੀ ਆ, ਅਤੇ ਮੋਦੀ ਦੀ ਇਸ ਗੱਲ ਨੂੰ ਜਿਹੜਾ ਉਹਨੇ ਦਿੱਲੀ ਨਹੀਂ ਵੰਡ ਦਿੱਤਾ ਗਾ ਕਿਸਾਨਾਂ ਨੂੰ, ਇਹਨੂੰ ਆਪਣੇ ਚੈਲੰਜ ਰੂਪ ਦੇ ਵਿੱਚ ਲੈਂਦੇ ਹੋਏ ਸੰਯੁਕਤ ਕਿਸਾਨ ਮੋਰਚਾ 14 ਮਾਰਚ ਨੂੰ ਦਿੱਲੀ ਵੜ ਕੇ ਵੀ ਦਿਖਾਊਗਾ, ਅਤੇ ਉੱਥੇ ਬਹੁਤ ਵੱਡੀ ਇਤਿਹਾਸਕ ਮਹਾਂਪੰਚਾਇਤ ਵੀ ਕਰਕੇ ਦਿਖਾਊਗਾ।